ਇਰੇ ਵਿੱਚ ਦਿਮਾਗ ਦਾ ਇੱਕ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਉਹਨੂੰ ਹਿੱਸਾ ਕਿਉਂ ਕੰਮ ਕਰਨਾ ਬੰਦ ਕਰ ਦਿੰਦਾ? ਜਾਂ ਤਾਂ ਉਹ ਹਿੱਸੇ ਨੂੰ ਖੂਨ ਜਾਣਾ ਬੰਦ ਹੋ ਜਾਂਦਾ। ਜਿਸਨੂੰ ਕਿ ਬੋਲਦੇ ਐ ਇਸਕੇਮਿਕ ਸਟ੍ਰੋਕ। ਦੂਜਾ ਐ ਸਟ੍ਰੋਕ ਦੇ ਲੱਛਣ ਕੀ ਹੈਗੇ? ਇੱਕ ਪਾਸਾ ਜੱਕਦਮ ਕਮਜ਼ੋਰ ਹੋ ਜਾਣਾ, ਇੱਕ ਪਾਸਾ ਜੱਕਦਮ ਸੁਨ ਹੋ ਜਾਣਾ, ਜੱਕਦਮ ਚੱਲਣ ਦੀ ਮੁਸ਼ਕਲ ਆਣੀ। ਉਹਨਾਂ ਸੀ ਦੇਖ ਰਹੇ ਆ ਕਿ ਹੌਲੀ-ਹੌਲੀ ਨੌਜਵਾਨਾਂ 'ਚ ਵੀ ਇਹ ਇਨਸੀਡੈਂਸਿਜ਼ ਵੱਧ ਰਹੇ ਆ। ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹੀ ਹੈ ਜੋ ਹੁਣੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ। ਵੀ ਸਾਡਾ ਜਿਹੜਾ ਲਾਈਫ ਸਟਾਈਲ ਹੈ ਨਾ ਉਹ ਸਾਨੂੰ ਖਰਾਬ ਕਰ ਰਿਹਾ ਸੋ ਬਿਯੋਂਡ ਅ ਸਰਟਨ ਏਜ ਆਈ ਥਿੰਕ ਜਿਹੜਾ ਰੂਟੀਨ ਚੈੱਕ ਅਪ ਹੈ ਨਾ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਪਤਾ ਲੱਗੇ ਵੀ ਸਾਨੂੰ ਕੋਈ ਇਹੋ ਜਿਹਾ ਰਿਸਕ ਫੈਕਟਰ ਤੇ ਨਹੀਂ ਹੈਗਾ ਜਿਹਦੇ ਕਰਕੇ ਸਾਨੂੰ ਸਟ੍ਰੋਕ ਹੋ ਸਕਦਾ ਇੱਕ ਵਾਰੀ ਪੇਸ਼ੈਂਟ ਦਾ ਟਾਈਮ ਨਿਕਲ ਗਿਆ ਜੀ ਤੇ ਦੈਟ ਮੀਨਸ ਡੈਮੇਜ ਇਰਰੀਵਰਸੀਬਲ ਹੈ ਡੰਕ ਫੂਡ ਨਾਲ ਬਲੱਡ ਪ੍ਰੈਸ਼ਰ ਵਧਣਾ ਹੈ ਜੰਕ ਫੂਡ ਨਾਲ 슈ਗਰ ਵਧਣੀ ਹੈ ਜੰਕ ਫੂਡ ਨਾਲ ਕੋਲੇਸਟ੍ਰੋਲ ਵਧਣਾ ਹੈ ਸਭ ਕੁਝ ਮੋਟਾਪਾ ਵਧਣਾ ਹੈ ਜੰਕ ਫੂਡ ਇਜ਼ ਲਾਈਕ ਭਈ ਇਹ ਹਾਂ ਇਟਸ ਲਾਈਕ ਅ ਪੋਇਜ਼ਨ ਅੱਜ ਵਰਲਡ ਸਟ੍ਰੋਕ ਡੇ ਹੈ ਤਾਂ ਇੱਕ ਤਰ੍ਹਾਂ ਦਾ ਦਿਨ ਯਾਦ ਕਰਕੇ ਮਨਾਇਆ ਜਾਂਦਾ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਇਸ ਬਿਮਾਰੀ ਤੋਂ ਕਿਵੇਂ ਬਚ ਸਕਦੇ ਨੇ ਤਾਂ ਅਕਸਰ ਇਸ ਦਾ ਨਾਮ ਸੁਣਦੇ ਸਟ੍ਰੋਕ ਦਾ ਨਾਮ ਸੁਣਦੇ ਹੀ ਆਉਂਦਾ ਹੈ ਕਿ ਬਹੁਤ ਸਾਰੇ ਪੈਸੇ ਲੱਗਣਗੇ ਲੇਕਿਨ ਅੱਜ ਅਸੀਂ ਤੁਹਾਨੂੰ ਮਾਹਰ ਡਾਕਟਰਾਂ ਦੀ ਉਸ ਟੀਮ ਨਾਲ ਮਿਲਾਨ ਜਾ ਰਹੇ ਹਾਂ ਜਿਹੜੀ ਕਿ ਤੁਹਾਨੂੰ ਇਸ ਦਾ ਇਲਾਜ ਦੱਸੇਗੀ ਔਰ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਔਰ ਸਭ ਤੋਂ ਢੀ ਗੱਲ ਹੈ ਇਸ ਦਾ ਬਚਾਅ ਵੀ ਬਹੁਤ ਜਲਦੀ ਹੋ ਸਕਦਾ ਹੈ ਤਾਂ ਮਹਰ ਡਾਕਟਰ ਜਿਹੜੇ ਨੇ ਅੱਜ ਅਸੀਂ ਤੁਹਾਨੂੰ ਇਸ ਦਿਨ ਦੇ ਉੱਤੇ ਜਾਗਰੂਕ ਇਹ ਵੀਡੀਓ ਹੈ ਕਿਉਂਕਿ ਇਸ ਕਰਕੇ ਕਿਉਂਕਿ ਅਕਸਰ ਇਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਇਹ ਕੋਈ ਇਹ ਨਹੀਂ ਹੈ ਕਿ ਪਾਰਟिकुलर ਇੱਕ ਕਮਿਊਨਿਟੀ ਦੇ ਨਾਲ ਇੱਕ ਵਰਗ ਦੇ ਨਾਲ ਇੱਕ ਧਰਮ ਦੇ ਨਾਲ ਜਾਂ ਕਿਸੇ ਨਾਲ ਵੀ ਹੋ ਸਕਦਾ ਹੈ ਤਾਂ ਇਹ ਸਭ ਨਾਲ ਹੁੰਦਾ ਹੈ ਤੇ ਸਾਡੇ ਨਾਲ ਡਾਕਟਰਸ ਦੀ ਟੀਮ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੀ ਹੈ ਕਿ ਆਖਿਰਕਾਰ ਇਹ ਬਿਮਾਰੀ ਕਿਸ ਤਰ੍ਹਾਂ ਹੁੰਦੀ ਹੈ ਕਿਉਂਕਿ ਹਰ ਬੰਦਾ ਕਹਿੰਦਾ ਜੀ ਮੈਂ ਠੀਕ ਹਾਂ ਜੀ ਮੈਨੂੰ ਕੋਈ ਤਰ੍ਹਾਂ ਦੀ ਬਿਮਾਰੀ ਨਹੀਂ ਲੇਕਿਨ ਜਦੋਂ ਹੋ ਜਾਂਦੀ ਤੇ ਉਸ ਵੇਲੇ ਸਾਰੇ ਕਹਿੰਦੇ ਪਤਾ ਨਹੀਂ ਕੀ ਹੋਵੇਗਾ ਇਸ ਸਟ੍ਰੋਕ ਦਾ ਜਿਹੜਾ ਦੂਜਾ ਨਾਮ ਬ੍ਰੇਨ ਅਟੈਕ ਹੈ ਯਾ ਅਧਰੰਗ ਦਾ ਸੀ ਅਟੈਕ ਬੋਲਦੇ ਹੈਗੇ ਇਹ ਬੇਸਿਕਲੀ ਇਹਦੇ ਵਿੱਚ ਦਿਮਾਗ ਦਾ ਇੱਕ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਉਹਨੂੰ ਹਿੱਸਾ ਕਿਉਂ ਕੰਮ ਕਰਨਾ ਬੰਦ ਕਰ ਦਿੰਦਾ ਜਾਂ ਤਾਂ ਉਹ ਹਿੱਸੇ ਨੂੰ ਖੂਨ ਜਾਣਾ ਬੰਦ ਹੋ ਜਾਂਦਾ ਜਿਹਨੂੰ ਕਿ ਬੋਲਦੇ ਐ ਸਕਿਮਿਕ ਸਟ੍ਰੋਕ ਜਾਂ ਉਹ ਹਿੱਸੇ ਦੇ ਵਿੱਚ ਕਿਸੇ ਦਿਮਾਗ ਦੇ ਕਿਸੇ ਵਿੱਚ ਨਾੜੀ ਦਿਮਾਗ ਦੀ ਫਟ ਜਾਂਦੀ ਹੈ ਜਿਹਨੂੰ ਕਿ ਅਸੀਂ ਬੋਲਦੇ ਐ ਬ੍ਰੇਨ ਹੈਮਰੇਜ ਜ਼ਿਆਦਾਤਰ ਲੋਕਾਂ ਨੂੰ ਸਕਿਮਿਕ ਸਟ੍ਰੋਕ ਹੁੰਦਾ ਹੈ ਕੁਝ ਪਰਸਨ ਲੋਕਾਂ ਨੂੰ 15 ਤੋਂ 20% ਲੋਕਾਂ ਨੂੰ ਬ੍ਰੇਨ ਹੈਮਰੇਜ ਹੁੰਦਾ ਹੈ ਜੀ ਇਹ ਤਾਂ ਹੈ ਕਿ ਇਹ ਸਟ੍ਰੋਕ ਹੈ ਦੂਜੇ ਸਟ੍ਰੋਕ ਦੇ ਲੱਛਣ ਕੀ ਹੈਗੇ ਇੱਕ ਪਾਸਾ ਜੱਕਦਮ ਕਮਜ਼ੋਰ ਹੋ ਜਾਣਾ ਇੱਕ ਪਾਸਾ ਜੱਕਦਮ ਸੁੰਨ ਹੋ ਜਾਣਾ ਜੱਕਦਮ ਚੱਲਣ ਦੀ ਮੁਸ਼ਕਲ ਆਣੀ ਜੱਕ একদম ਇੱਕ ਅੱਖ ਦੀ ਰੋਸ਼ਨੀ ਚਲੀ ਜਾਣੀ ਜੱਕਦਮ ਮੂੰਹ ਮੁੜ ਜਾਣਾ ਟੇਡਾ ਹੋ ਜਾਣਾ ਬੋਲਣ ਦੀ ਜੱਕਦਮ ਮੁਸ਼ਕਲ ਆਣੀ ਸੋ ਇਹ ਹੈਗੇ ਸਟ੍ਰੋਕ ਦੇ ਲੱਛਣ ਤਾਂ ਤੀਜਾ ਤੁਹਾਡਾ ਕੁਐਸਚਨ ਸੇ ਕਿਉਂ ਹੁੰਦਾ ਹੈ ਰਿਸਕ ਫੈਕਟਰ ਜਿਹੜੇ ਪੈਰਾਲਾਈਸ ਦੇ ਅਟੈਕ ਦੇ ਹੁੰਦੇ ਆ ਉਹ ਹੁੰਦੇ ਜਾਂ ਤਾਂ ਕੋਈ ਜਿਹਨ ਮੋਡੀਫਾਈ ਕਰ ਸਕਦੇ ਜਿਹਨੂੰ ਅਸੀਂ ਕੰਟਰੋਲ ਕਰ ਸਕਦੇ ਜਿਵੇਂ ਕਿ 슈ਗਰ ਬਲੱਡ ਪ੍ਰੈਸ਼ਰ ਮੋਟਾਪਾ ਸਮੋਕਿੰਗ ਹਾਈ ਕੋਲੇਸਟ੍ਰੋਲ ਲੈਵਲ ਸੈਡੀਨਟਰੀ ਲਾਈਫਸਟਾਈਲ ਜਾਂ ਕੁਝ ਹਾਰਟ ਦੀ ਕੰਡੀਸ਼ਨ ਜਿਵੇਂ ਏਟਰੀਅਲ ਫਿਬ੍ਰਿਲੇਸ਼ਨ ਜਿਹਦੇ ਵਿੱਚ ਹਾਰਟ ਦੀ ਰਿਦਮ ਜਰੀਆ ਉਹ ਖਰਾਬ ਹੁੰਦੀ ਹੈ ਕੁਝ ਰਿਸਕ ਫੈਕਟਰ ਹੁੰਦੇ ਜਿਹਨੂੰ ਅਸੀਂ ਮੋਡੀਫਾਈ ਨਹੀਂ ਕਰ ਸਕਦੇ ਜਿਵੇਂ ਉਮਰ ਹਾਲਾਂਕਿ ਸਟ੍ਰੋਕ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈਗਾ ਬੱਚਿਆਂ ਵਿੱਚ ਵੀ ਹੋ ਸਕਦਾ ਹੈ ਅਡੋਲੈਸੈਂਸ ਵਿੱਚ ਵੀ ਹੋ ਜਾਂਦਾ ਹੈ ਯੰਗ ਵਿੱਚ ਵੀ ਹੋ ਸਕਦਾ ਪਰ ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ ਰ ਇਨਸੀਡੈਂਸ ਵਧੀ ਜਾਂਦਾ ਸੋ ਇਹ ਹੈ ਸੀਗੇ ਸਾਡੇ ਸਟ੍ਰੋਕ ਦੇ ਰਿਸਕ ਫੈਕਟਰਸ ਸਾਰੇ ਬਿਲਕੁਲ ਤਾਂ ਡਾਕਟਰ ਸਾਹਿਬ ਗੱਲ ਕਰਨਗੇ ਕਿ ਆ ਨੌਜਵਾਨਾਂ 'ਚ ਬਿਮਾਰੀ ਵਧ ਰਹੀ ਹੈ देखो ਅਸੀਂ ਪਿਛਲੇ ਕੁਝ ਕਾਫੀ ਦਿਨ ਤੋਂ ਕੰਮ ਕਰ ਰਹੇ ਹਾਂ ਤੇ ਉਹ ਅਸੀਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਨੌਜਵਾਨਾਂ ਚ ਵੀ ਇਹ ਇਨਸੀਡੈਂਸਸ ਵਧ ਰਹੇ ਆ ਰੀਜ਼ਨ ਕੀ ਉਹਦਾ ਰੀਜ਼ਨ ਇਹੀ ਹੈ ਜੋ ਹੁਣੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਵੀ ਸਾਡਾ ਜਿਹੜਾ ਲਾਈਫ ਸਟਾਈਲ ਹੈ ਨਾ ਉਹ ਸਾਨੂੰ ਖਰਾਬ ਕਰ ਰਿਹਾ ਨਾ ਅਸੀਂ ਐਕਸਰਸਾਈਜ਼ ਕਰਦੇ ਆਂ ਨਾ ਅਸੀਂ ਕਿਸੇ ਚੀਜ਼ ਦਾ ਪਰਹੇਜ਼ ਕਰਦੇ ਆਂ ਲੋਕਾਂ ਚ 슈ਗਰ ਦਾ ਇਨਸੀਡੈਂਸਸ ਵਧ ਰਹੇ ਆ ਸਮੋਕਿੰਗ ਸ਼ਰਾਬ ਲੈਕ ਆਫ ਐਕਸਰਸ ਇਹ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਇਹ ਵੱਧ ਗਈਆਂ ਸਮਾਜ ਵਿੱਚ ਐਂਡ ਥੀਸ ਆਰ ði ਫੈਕਟਰਸ ਵਿਚ ਐਕਚੁਅਲੀ ਵਿਲ ਲੀਡ ਟੂ ਸਟ੍ਰੋਕ ਮਤਲਬ ਬਹੁਤ ਸਾਰੇ ਕੇਸਾਂ ਦੇ ਵਿੱਚ ਪਰ ਅਕਸਰ ਜਦੋਂ ਮਰੀਜ਼ ਜਾਂਦਾ ਉਹ ਕਹਿੰਦਾ ਜੀ ਮੈਂ ਬਿਲਕੁਲ ਠੀਕ ਸੀਗਾ ਤੇ ਇੱਕਦਮ ਅਚਾਨਕ ਹੀ ਇਸ ਤਰ੍ਹਾਂ ਦਾ ਮੈਨੂੰ ਲਾਤਸਾ ਹੋ ਗਿਆ ਹਾਂਜੀ ਬਟ ਇਹਦਾ ਇਹਦਾ ਮਤਲਬ ਇਹ ਨਹੀਂ ਹੈਗਾ ਜੀ ਉਹਨੂੰ ਪਤਾ ਹੀ ਨਹੀਂ ਸੀਗਾ ਬਹੁਤ ਸਾਰੇ ਪੇਸ਼ੈਂਟ ਆਣਗੇ ਉਹਨਾਂ ਨੂੰ ਕਹੋ ਜੀ ਤੁਸੀਂ ਟੈਸਟ ਕਰਾਈ 슈ਗਰ ਉਹਨਾਂ ਨੇ ਤਾਂ ਕਦੀ ਕਰਾਈ ਨਹੀਂ ਹੁੰਦੀ ਨਾ ਹੀ ਉਹ ਸੋਚਦੇ ਬਿਨੂ ਕਦੀ ਹੈਗੀ ਹੈ ਇਸ ਤਰ੍ਹਾਂ ਹੀ ਕਦੀ ਉਹਨਾਂ ਨੇ ਬਲੱਡ ਪ੍ਰੈਸ਼ਰ ਨਹੀਂ ਚੈੱਕ ਕਰਾਇਆ ਹੁੰਦਾ ਸੋ ਜਦੋਂ ਤੁਸੀਂ ਚੈੱਕ ਕਰੋਗੇ ਫੇਰ ਹੀ ਪਤਾ ਲੱਗੇਗਾ ਤੇ ਬੰਦੇ ਨੂੰ ਤਾਂ ਐਂ ਹੀ ਲੱਗਦਾ ਹੁੰਦਾ ਵੀ ਮੈਂ ਬਿਲਕੁਲ ਠੀਕ ਹਾਂ ਕਹਿੰਦੇ ਦੇਸੀ ਖਰਾਕ ਖਾ ਕੇ ਲੋਕੀ ਠੀਕ ਹੋ ਜਾਂਦੇ ਇੰਤਾ ਜੇ ਪਿੰਡਾਂ ਚ ਐਸੇ ਤਰ੍ਹਾਂ ਦੀ ਚੀਜ਼ ਆ। ਦੇਖੋ ਸਾਡੇ ਪਿੰਡਾਂ ਚ ਤੇ ਬਹੁਤ ਕੁਝ ਹੈਗਾ। ਸਾਡੇ ਪਿੰਡਾਂ ਚ ਤੇ ਇਹ ਵੀ ਹੈਗਾ ਕਿ ਬਈ ਤੁਸੀਂ ਹਸਤਾਲੇ ਨਹੀਂ ਜਾਣਾ। ਇਹ ਝਾੜਫੂਕ ਕਰਕੇ ਠੀਕ ਕਰ ਦਾਂਗੇ। ਪਰ ਇਸ ਤਰ੍ਹਾਂ ਨਹੀਂ ਹੈਗਾ। ਉਹ ਤਾਂ ਬਹੁਤ ਜ਼ਿਆਦਾ ਗਲਤ ਹੈ। ਸੋ ਜਿਹੜਾ ਜਿਹੜਾ ਤੁਹਾਡਾ origignal question ਸੀਗਾ ਨਾ ਉਹ ਫੇਰ ਉਹੀ ਗੱਲ ਆ ਜਾਂਦੀ ਹੈ ਕਿ ਬਈ ਜਿਹੜੇ modifiable factors ਨੇ ਨਾ ਉਹ ਜਿੰਨੇ ਦਿਨ ਅਸੀਂ ਲੱਭਾਂਗੇ ਨਹੀਂ ਉੰਨੇ ਦਿਨ ਤੱਕਨ ਕਿਸੇ ਨੂੰ ਨਹੀਂ ਪਤਾ। ਅੱਜ ਮੈਂ ਇੱਥੇ ਖੜਾ ਜੇ ਮੈਂ ਕਦੀ ਸ਼ੂਗਰ ਚੈੱਕ ਹੀ ਨਹੀਂ ਕਰਾਈ ਮੈਨੂੰ ਕਿ ਪਤਾ ਮੈਨੂੰ ਸ਼ੂਗਰ ਹੈਗੀ ਕਿ ਨਹੀਂ ਹੈਗੀ। ਸੋ ਬਿਯੋਂਡ ਅ ਸਰਟਨ ਏਜ ਆਈ ਥਿੰਕ ਜਿਹੜਾ ਰੂਟੀਨ ਚੈੱਕਅਪ ਹੈ ਨਾ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਪਤਾ ਲੱਗੇ ਵੀ ਸਾਨੂੰ ਕੋਈ ਇਹੋ ਜਿਹਾ ਰਿਸਕ ਫੈਕਟਰ ਤਾਂ ਨਹੀਂ ਹੈਗਾ ਜਿਹਦੇ ਕਰਕੇ ਸਾਨੂੰ ਸਟ੍ਰੋਕ ਹੋ ਸਕਦਾ ਡਾਕਟਰ ਸਾਹਿਬ ਨੇ ਕੋਰਸਵਾਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਬਿਮਾਰੀ ਹੁੰਦੀ ਹੈ ਕਿ ਕਿੰਨੀ ਕਿ ਜਿਸ ਤਰ੍ਹਾਂ ਦਾ ਡਾਕਟਰ ਸਾਹਿਬ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਹੈ ਲੱਛਣ ਵੀ ਵੱਧ ਰਹੇ ਨੇ ਤਾਂ ਇਹਦਾ ਇਲਾਜ ਕਿੰਨੀ ਜਲਦੀ ਸੰਭਾ ਕਿਉਂਕਿ ਇਹਦੇ ਵਿੱਚ ਇੱਕ ਗੱਲ ਕਹੀ ਜਾਂਦੀ ਕਿ ਟਾਈਮ ਬਹੁਤ ਸਾਰਾ ਸੁਣਿਆ ਅੱਜ ਅਸੀਂ ਚਾਹਵਾਂਗੇ ਤੁਸੀਂ ਡਿਟੇਲ ਚ ਦੱਸੋ ਕੀ ਹੈ ਦੇਖੋ ਜਦੋਂ ਪੇਸ਼ੈਂਟ ਨੂੰ ਐਦਾਂ ਦੇ ਕੋਈ ਲੱਛਣ ਆਣ ਇਮੀਡੀਏਟਲੀ ਹਸਪੀਟਲ ਤੇ ਰਸ਼ ਕਰਨਾ ਹੀ ਟਾਈਮ ਇਸ ਬ੍ਰੇਨ ਜਿੱਦਾਂ ਤੁਸੀਂ ਕਿਹਾ ਵਿਦ ਏਵਰੀ ਸੈਕਿੰਡ ਵਿਦ ਏਵਰੀ ਮਿੰਟ ਮਿਲੀਅਨਸ ਆਫ ਨਿਊਰॉन्स ਜਿਹੜੇ ਬ੍ਰੇਨ ਦੇ ਸੈੱਲ ਹੁੰਦੇ ਆ ਉਹਨਾਂ ਦੀ ਡੈਥ ਹੋ ਸਕਦੀ ਹੈ ਤੇ ਜਲਦੀ ਤੋਂ ਜਲਦੀ ਹਸਪੀਟਲ ਆਓ ਸਕੈਨ ਕਰਵਾਓ ਉਹ ਦੇਖਿਆ ਜਾਏਗਾ ਕਿ ਇਹ ਇਸਕੀਮਿਕ ਹੈ ਕਿ ਕਲੌਟ ਹੈ ਜਾਂ ਫਿਰ ਹੈਮਰੇਜ ਹੈ ਉਹਦੇ ਹਿਸਾਬ ਨਾਲ ਫਿਰ ਅੱਗੇ ਟ੍ਰੀਟਮੈਂਟ ਇਨੀਸ਼ੀਏਟ ਕੀਤਾ ਜਾਏਗਾ ਜੇ ਤੇ 4.5 ਘੰਟੇ ਦੇ ਵਿੱਚ ਵਿੱਚ ਆ ਗਏ ਇਸਕੀਮਿਕ ਸਟ੍ਰੋਕ ਹੈ ਤੇ ਉਹ ਕ੍ਰਾਈਟੇਰੀਆ ਵਿੱਚ ਫਿੱਟ ਹੁੰਦਾ ਤੇ ਕਲੌਟ ਬਸਟਰ ਡਰਗ ਹੁੰਦਾ ਜਿਹਨੂੰ ਅਸੀਂ ਥਰੋਮੋਲਿਸਿਸ ਕਹਿੰਨੇ ਆ ਉਹ ਅਸੀਂ ਦੇ ਕੇ ਤੇ ਕਲੌਟ ਖੋਲ ਸਕਨੇ ਆ ਤਾਂ ਕਿ ਜਿਹੜਾ ਬਲੱਡ ਫਲੋ ਹੈ ਉਹ ਡੈਮੇਜ ਇਸ ਨੂੰ ਵਾਪਸ ਜਾਵੇ ਤੇ ਬ੍ਰੇਨ ਦਾ ਫੰਕਸ਼ਨ ਵਾਪਸ ਰਿਸਟੋਰ ਹੋ ਸਕੇ ਦਿਮਾਗ 'ਚ ਜਿਹੜਾ ਕਲੌਟ ਆ ਜਾਂਦਾ ਉਹ ਵੀ ਇਸ ਨੂੰ ਹੀ ਕਿਹਾ ਜਾਂਦਾ ਜੀ ਬਿਲਕੁਲ 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 ਇਸ ਨੂੰ ਬੋਲਦਾ ਕਿ ਆਖਿਰਕਾਰੋਂ ਕੀ ਕਿਤਨਾ ਬਾਵੜੀ ਜਿਹਾ ਮੂਵ ਕਰ ਦਿੰਦਾ ਇਸ ਤਰ੍ਹਾਂ ਕਿ ਬੰਦੇ ਨੂੰ ਨੁਕਸਾਨ ਦੇ ਦਿੰਦਾ ਨਹੀਂ ਇਹ ਜਿਹੜੇ ਜਿਹੜੇ ਤੁਸੀਂ ਇਸਕੈਮਿਕ ਸਟ੍ਰੋਕ ਜਿਹੜਾ ਹੁੰਦਾ ਹੈ ਨਾ ਉਹ ਜ਼ਰੂਰੀ ਨਹੀਂ ਹੈ ਕਿ ਦਿਮਾਗ ਦਾ ਕਲੌਟ ਹਾਰ ਤੋਂ ਮੂਵ ਹੋਇਆ ਹੋਏ ਉਹ ਇਨ ਸਿਟੂ ਥਰੋਮਬਸ ਹੋ ਜਾਂਦਾ ਸੋ ਦੋ ਤਿੰਨ ਦੇ ਅਰਾਊਂਡ ਹੈ ਕਿ ਹੁੰਦਾ ਹੈ ਕਿ ਪਹਿਲੇ ਕਿ ਦਿਮਾਗ ਦੀ ਨਸ ਇਹ ਦਿਮਾਗ ਦੇ ਕਿਸੇ ਹਿੱਸੇ ਨੂੰ ਖੂਨ ਜਾਣਾ ਬੰਦ ਹੋ ਜਾਂਦਾ ਕਿਉਂ ਖੂਨ ਜਾਣਾ ਬੰਦ ਹੁੰਦਾ ਕਿਉਂਕਿ ਨਸ ਬਲੌਕ ਹੋ ਜਾਂਦੀ ਹੈ ਉਹ ਬਲੌਕ ਜਿਹੜੀ ਬਲੌਕੇਜ ਹੁੰਦੀ ਹੈ ਜਾਂ ਤਾਂ ਬਲੌਕੇਜ ਉੱਥੇ ਹੀ ਪੈਦਾ ਹੋ ਜਾਂਦੀ ਹੈ ਜਿੱਥੇ ਆਪਣੀ ਦਿਮਾਗ ਦੀ ਨਸਾਂ ਹੁੰਦੀਆਂ ਉੱਥੇ ਬਲੌਕੇਜ ਪੈਦਾ ਹੋ ਜਾਂਦੀ ਹੈ ਜਾਂ ਕਈ ਵਾਰ ਕਲੋਟ ਹਾਰਟ ਤੋਂ ਹੁੰਦਾ ਹੈ ਜਾਂ ਇਥੇ ਨੈਕ ਵੈਸਸ ਤੋਂ ਹੁੰਦਾ ਉਹ ਉੱਤੇ ਟਰੈਵਲ ਕਰ ਦਿੰਦਾ ਬ੍ਰੇਨ ਤੇ ਤੇ ਉੱਤੇ ਜਾ ਕੇ ਬਲੌਕ ਕਰ ਦਿੰਦਾ ਨਾੜੀ ਨੂੰ ਲੋਕਾਂ ਨੂੰ ਡਾਕਟਰ ਕੋ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਅੱਜ ਇੱਕ ਤਰ੍ਹਾਂ ਦੀ ਅਵੇਅਰਨੈਸ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਅਸੀਂ ਚਾਹੁੰਦੇ ਕਿ ਕਿਸੇ ਨੇ ਅਸੀਂ ਬੇਸਿਕਲੀ ਇਕੱਠੇ ਹੀ ਐਸਐਲਓਆ ਕਿ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਨਾਂ ਦੇ ਸਿੰਪਟਮਸ ਕੀ ਨੇ ਸਟ੍ਰੋਕ ਦੇ ਪਹਿਲੀ ਗੱਲ ਤੇ ਦੂਜੀ ਗੱਲ ਵਾਂਸ ਤੁਹਾਨੂੰ ਸਟ੍ਰੋਕ ਤੇ ਕੁਝ ਸਿੰਪਟਮ ਲੱਗ ਹੀ ਰਹੇ ਨੇ ਜੇ ਤੁਹਾਨੂੰ ਸਮਝ ਲੱਗੇ ਵੀ ਮੈਨੂੰ ਕੁਝ ਇਹੋ ਜਿਹੀ ਗੱਲ ਹੈ ਤੇ ਤੁਸੀਂ ਜਲਦੀ ਤੋਂ ਜਲਦੀ ਹਸਪੀਟਲ ਆਣਾ ਹੈ ਤਾਂਕਿ ਦਿਮਾਗ ਨੂੰ ਡੈਮੇਜ ਨਾ ਹੋਵੇ ਹਮ ਸੋ ਸਾਡੀ ਬੇਸਿਕਲੀ ਮੈਸੇਜ ਇੱਕੋ ਹੀ ਹੈ ਕਿ ਵੀ ਤੁਸੀਂ ਆਪਣੇ ਆਪ ਨੂੰ ਸਟ੍ਰੋਕ ਦੇ ਸਿੰਪਟਮਸ ਤੋਂ ਅਵੇਅਰ ਕਰਾਓ ਲੋਕਾਂ ਨੂੰ ਜਾਗਰੂਕਤਾ ਪੈਦਾ ਹੋਵੇ ਲੋਕਾਂ ਨੂੰ ਦੂਜਾ ਜਲਦੀ ਤੋਂ ਜਲਦੀ ਹਸਪੀਟਲ ਜਿਹੜੇ ਹਸਪੀਟਲ ਚ ਨਾ ਕੰਪਰੀਹੈਂਸਿਵ ਸਟ੍ਰੋਕ ਟ੍ਰੀਟਮੈਂਟ ਮਿਲੇ ਉੱਥੇ ਪਹੁੰਚਣ ਤਾਂਕਿ ਟਾਈਮ ਨਾ ਵੇਸਟ ਹੋਵੇ ਬਿਕਾਜ਼ ਇਰ ਇਚ ਹੈ ਇਟ ਟਾਈਮ ਹੋਰ ਕੁਝ ਨਹੀਂ ਹੈਗਾ ਇੱਕ ਵਾਰੀ ਪੇਸ਼ੈਂਟ ਦਾ ਟਾਈਮ ਨਿਕਲ ਗਿਆ ਜੀ ਤੇ ਦੈਟ ਮੀਨਸ ਡੈਮੇਜ ਇਰ ਰਿਵਰਸਿਬਲ ਨਹੀਂ ਦੇਖੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਨਾ ਬ੍ਰੇਨ ਦਾ ਜਿਹੜੇ ਸੈਲਸ ਨੇ ਨਾ ਉਹਨਾਂ ਨੂੰ ਹਰ ਵੇਲੇ ਆਕਸੀਜਨ ਚਾਹੀਦੀ ਐ ਇਨ ਫੈਕਟ ਜਿਹੜਾ ਸਭ ਤੋਂ ਜ਼ਿਆਦਾ ਬ੍ਰੇਨ ਸਾਡਾ ਸਭ ਤੋਂ ਤਗੜਾ ਆਰਗਨ ਬ੍ਰੇਨ ਹੀ ਐ ਸਭ ਤੋਂ ਜ਼ਿਆਦਾ ਆਕਸੀਜਨ ਇਹ ਖਾਂਦਾ ਹ ਹ ਪਰ ਜੇ ਇਹਨੂੰ ਆਕਸੀਜਨ ਨਹੀਂ ਜਾ ਰਹੀ ਤੇ ਉਹਨੇ ਤੇ ਖਰਾਬ ਹੋਈ ਜਾਣਾ ਤੋਂ ਵਾਂਸਟਾਰ ਸਾਡੇ 4 ਘੰਟੇ ਨਿਕਲ ਜਾਣ ਖਾਸ ਕਰਕੇ ਕਈ ਬ੍ਰੇਨ ਦੇ ਹਿੱਸੇ ਇਹ ਜਿਹ ਉਹਨਾਂ ਚ ਡੈਮੇਜ ਰਿਵਰਸ ਨਹੀਂ ਹੁੰਦਾ ਤੇ ਉਹ ਜਿਹੜੀ ਅਪੰਗਤਾ ਜਾਂ ਅਧਰੰਗ ਦੈਟ ਇਸ ਪਰਮਾਨੈਂਟ ਉਹ ਰਚ ਜੋ ਵੀ ਇੰਪਰੂਵਮੈਂਟ ਆਣੀ ਉਹ ਸਾਲ ਦੋ ਚ ਆ ਜਾਣੀ ਬਾਅਦੋਂ ਬਟ ਦੈਨ ਉਹਦੇ ਕਰਕੇ ਫੇਰ ਵੀ ਤੁਹੇ ਦੇਖਿਆ ਹੀ ਹੋਣਾ ਵੇ ਇੱਕ ਵਾਰੀ ਅਧਰੰਗ ਹੋ ਗਿਆ ਤੇ ਪੇਸ਼ੈਂਟ ਵਿਲ ਰਿਮੇਨ ਪੈਰਲਾਈਜ਼ਡ ਥਰੋਅਆਊਟ ਦੀ ਲਾਈਫ ਤੇ ਉਹਦੇ ਨਾਲ ਪੇਸ਼ੈਂਟ ਦੀ ਮੋਰਬਿਡਿਟੀ ਜਿਹੜੀ ਗਿਆ ਵਿਕਲਾਂਗਤਾ ਵੱਧ ਜਾਂਦੀ ਹੈ ਇਹੀ ਜੇ ਟਾਈਮ ਸਰ ਆ ਜਾਏ ਤੇ ਅਸੀਂ ਉਸ ਵਿਕਲਾਂਗਤਾ ਨੂੰ ਘਟਾ ਸਕਦੇ ਹਾਂ ਮਤਲਬ ਜੰਕ ਫੂਡ ਕਿੰਨਾ ਕਿਸ ਕਿਵੇਂ ਪ੍ਰਭਾਵਿਤ ਕਰ ਦਿੰਦਾ ਇਸ ਸੀਨ ਵਿੱਚ ਜੰਕ ਫੂਡ ਇਜ਼ ਲਾਈਕ ਮਤਲਬ ਹੈ ਜਿਸ ਤਰ੍ਹਾਂ ਆਪ ਡੰਕ ਫੂਡ ਨਾਲ ਬਲੱਡ ਪ੍ਰੈਸ਼ਰ ਵਧਣਾ ਹੈ ਜੰਕ ਫੂਡ ਨਾਲ ਸ਼ੂਗਰ ਵਧਣੀ ਹੈ ਜੰਕ ਫੂਡ ਨਾਲ ਕੋਲੇਸਟ੍ਰੋਲ ਵਧਣਾ ਹੈ ਸਭ ਕੁਝ ਮੋਟਾਪਾ ਵਧਣਾ ਹੈ ਜੰਕ ਫੂਡ ਇਜ਼ ਲਾਈਕ ਭਈ ਇਹ ਹਾਂ ਇਟਸ ਲਾਈਕ ਅ ਪੋਇਜ਼ਨ ਬਿਲਕੁਲ ਮਤਲਬ ਹਰ ਹਰ ਚੀਜ਼ ਦਾ ਐਕਸੈਸ ਇਜ਼ ਬੈਡ ਤਾਂ ਫਿਰ ਖਾਣਾ ਕਿਹੜਾ ਖਾਣਾ ਚਾਹੀਦਾ ਤੁਸੀਂ ਇਹ ਵੀ ਦੱਸ ਦਿਓ ਕਿ ਲੋਕ ਕਿਸ ਤਰ੍ਹਾਂ ਦਾ ਚੀਜ਼ਾਂ ਖਾਣ ਹੈਲਦੀ ਲਾਈਫ ਜੀਨ ਬੇਸਿਕਲੀ ਜੋ ਸਾਰੇ ਸਮ ਸਾਰੇ ਬੋਲਦੇ ਆ ਕਿ ਇੱਕ ਬੈਲੈਂਸ ਡਾਈਟ ਖਾਣੀ ਚਾਹੀਦੀ ਹੈ ਵੀ ਸ਼ੁੱਡ ਬੀ ਅ ਫੁੱਲ ਆਫ ਫਰੂਟਸ ਵੈਜੀਟੇਬਲਸ ਠੀਕ ਹੈ ਲੈਸ ਕਾਰਬੋਹਾਈਡਰੇਟਸ ਮੋਰ ਆਫ ਅ ਪ੍ਰੋਟੀਨਸ ਠੀਕ ਹੈ ਨਾ ਇਹ ਸਭ ਚੀਜ਼ਾਂ ਕਿਹਦੀਆਂ ਸਿੱਧੀ ਜਿਹੜੇ ਤਿੰਨ ਐਮ ਹੁੰਦੇ ਆ ਨਾ ਮੈਦਾ ਆਪਣਾ ਮਿੱਠਾ ਇਹ ਸਭ ਮੂਟਾਪਾ ਕਰਦਾ ਸੋ ਇਹ ਇਨਫਲੇਮੇਸ਼ਨ ਵਧਾਉਂਦੇ ਹੈ શરી ਦੇ ਵਿੱਚ 슈ਗਰ चांसेस ਵਧਾਉਂਦੇ ਹੈਗੇ ਸੋ ਇੱਕ ਜਿਵੇਂ ਡਾਕਟਰ ਨੇ ਆਲਰੇਡੀ ਦੱਸਿਆ 30 ਮਿੰਟ ਚੱਲਣਾ ਬਹੁਤ ਜ਼ਰੂਰੀ ਹੈਗਾ 5 ਟੂ 7 ਡੇਸ ਹਫਤੇ ਨਹੀਂ ਚੱਲਸੇ 5 ਦਿਨ ਚੱਲੋ ਵਾਕਿੰਗ ਬਹੁਤ ਜ਼ਰੂਰੀ ਹੈਗੀ ਹੈ ਜਿਸ ਤਰ੍ਹਾਂ ਦੀ ਆਕਸੀਜਨ ਜਨਰੇਟ ਕਰਦੀ ਦੀ ਵਾਕਿੰਗ ਜੇਰੀ ਬਿਲਕੁਲ ਜਿਹੜੇ ਐਰੋਬਿਕ ਐਕਸਰਸਾਈਜ਼ ਜੇ ਅਸੀਂ ਕਰਾਂਗੇ ਉਹਦੇ ਨਾਲ ਸਾਡਾ ਬੀਪੀ ਰੈਗੂਲੇਟ ਹੋਏਗਾ ਕੋਲੇਸਟ੍ਰੋਲ ਲੈਵਲਸ ਰੈਗੂਲੇਟ ਹੋਣਗੇ ਆਕਸੀਜਨੇਸ਼ਨ ਬੈਟਰ ਹੋਏਗਾ 슈ਗਰ ਕਟੇਗੀ ਤੇ ਆਬਵੀਅਸਲੀ ਤੁਹਾਡੇ ਜਿਹੜੇ ਓਵਰਆਲ ਨਿਊਟ ਜਿਹੜੀ ਬੋਡੀ ਦੀ ਐਕਸਰਸਾਈਜ਼ ਮੋਟਾਪਾ ਕੱਟੇਗਾ। ਤੋ ਯੂ ਵਿਲ ਬੀ ਮੋਰ ਫਿਟ। ਯੂ ਵਿਲ ਬੀ ਲੈਸ ਪ੍ਰੋਨ ਟੂ ðiਜ਼ ਡਿਜ਼ੀਜ਼। ਡਾਕਟਰ ਸਾਹਿਬ ਅਕੀਸਵਾਲ ਮਾਈਗਰੇਨ ਵੀ ਕਿ ਐਸੇ ਤਰ੍ਹਾਂ ਹੀ 파ਟ ਹੈ? ਮਾਈਗਰੇਨ ਦਾ ਜਵਾਬ ਤੁਸੀਂ ਇਹਨਾਂ ਨੂੰ ਬੈਠੋ। ਮਾਈਗਰੇਨ ਵੀ ਐਸੇ ਤਰ੍ਹਾਂ ਹੀ 파ਟ ਹੈ? ਨਹੀਂ ਮਾਈਗਰੇਨ ਜੀ ਇੱਕ ਸਿਰਦਰਦ ਹੈ। ਉਹ ਵਲਾ ਸਿਰਦਰਦ ਹੈਗਾ ਐਂਡ ਮੋਸਟ ਆਫ ਦਾ ਜਿਹੜੇ ਮਾਈਗਰੇਨ ਦੇ ਮਰੀਜ਼ਾਂ ਨੂੰ ਸਟ੍ਰੋਕ ਨਹੀਂ ਹੁੰਦਾ। ਹੂੰ। ਬਹੁਤ ਘੱਟ ਲੋਕਾਂ ਨੂੰ ਜਿਨ੍ਹਾਂ ਨੂੰ ਜਿਵੇਂ ਡਾਕਟਰਸ ਨੇ ਦੱਸਿਆ ਕੰਪਲਿਕੇਟਿਡ ਮਾਈਗਰੇਨ ਨਹੀਂ ਆਜੇ ਨੂੰ ਹੈਵੀ ਪਲੇਜਿਕ ਮਾਈਗਰੇਨ ਬੋਲਦੇ ਆ ਉਹਨਾਂ ਨੂੰ ਸਟ੍ਰੋਕ ਦਾ ਰਿਸਕ ਵੱਧ ਜਾਂਦਾ ਬਟ ਸਟ੍ਰੋਕ ਦੇ ਰਿਸਕ ਫੈਕਟਰ ਹੈਗੇ ਆ 슈ਗਰ ਬਲੱਡ ਪ੍ਰੈਸ਼ਰ ਮੋਟਾਪਾ ਜੰਕ ਫੂਡ ਸਮੋਕਿੰਗ ਏਜ ਉਮਰ ਤੇ ਕੋਲੇਸਟ੍ਰੋਲ ਜ਼ਿਆਦਾ ਅਸੀਂ ਉਹਨਾਂ ਨੂੰ ਵੀ ਹੋ ਸਕਦਾ ਚਾਹੇ ਉਹ ਸਟ੍ਰੋਕ ਦਾ ਏ ਹੈ ਇੱਕ ਕਿਸੇ ਨੂੰ ਕਿਸੇ ਬੰਦੇ ਨੂੰ ਕਿਸੇ ਵੀ ਉਮਰ ਤੇ ਕਦੇ ਵੀ ਹੋ ਸਕਦਾ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਦੱਸਦਾ ਪਿਆ ਸੀ ਤੁਹਾਨੂੰ ਕਿ ਹਰ ਇੱਕ ਦੇ ਵਿੱਚੋਂ 4 ਬੰਦੇ ਨੂੰ ਲਾਈਫਟਾਈਮ ਦੇ ਵਿੱਚ ਸਟ੍ਰੋਕ ਹੋਣਾ ਹੀ ਹੋਣਾ ਹੈ ਇਹ ਮਤਲਬ ਇੱਕ ਪ੍ਰੋਪਰ ਇਨਸੀਡੈਂਸ ਪ੍ਰੋਪਰ ਤੁਹਾਡਾ ਇਹਨਾਂ ਇਨਸੀਡੈਂਸ ਕੱਢਿਆ ਸੀਗਾ ਸਟ੍ਰੋਕ ਦਾ ਪ੍ਰੀਵੈਲੈਂਸ ਇਨਸੀਡੈਂਸ ਕੱਢ ਕੇ ਦੇਖਿਆ ਸੀ ਹਰ 4 ਦੇ ਵਿੱਚ ਇੱਕ ਬੰਦੇ ਨੂੰ ਸਟ੍ਰੋਕ ਲਾਈਫਟਾਈਮ ਤੇ ਹੋਣਾ ਹੀ ਹੋਣਾ ਹੈ ਤੀਜੀ ਗੱਲ ਹਰ 40 ਸੈਕਿੰਡ ਦੇ ਵਿੱਚ ਇੰਡੀਆ ਵਿੱਚ ਇੱਕ ਹਰ ਬੰਦੇ ਨੂੰ ਸਟ੍ਰੋਕ ਹੁੰਦਾ ਹੈ ਇੰਨਾ ਕਾਮਨ ਹੈ ਸਟ੍ਰੋਕ ਹਰ 40 ਸੈਕਿੰਡ ਦੇ ਵਿੱਚ ਇੱਕ ਬੰਦੇ ਨੂੰ ਸਟ੍ਰੋਕ ਹੁੰਦਾ ਹੈ ਔਰ ਪਿਛਲੇ ਸਾਲ ਤੋਂ ਪਹਿਲੇ ਸਾਲ ਦਾ ਸਾਡਾ ਸਟ੍ਰੋਕ ਦਾ ਜਰਾ ਥੀਮ ਸੀਗਾ ਉਹ ਇਹ ਸੀਗਾ ਕਿ ਜਿੰਨਾ ਚੱਲੋਗੇ ਸਟ੍ਰੋਕ ਦਾ ਇਨਸੀਡੈਂਸ ਘਟੀ ਜਾਏਗਾ ਚਲਣਾ ਜ਼ਰੂਰੀ ਸੋ ਚਲਣਾ ਜ਼ਰੂਰੀ ਹੈ एरोबिक ਐਕਸਰਸ ਜਿਵੇਂ ਡਾਕਟਰ ਸੁਮਿੰਦਰ ਜੀ ਦੱਸਦੇ ਵੀ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਤਾਂ ਤੁਸੀਂ ਦੇਖੋ ਇਹ ਮਹਾਰਾ ਦੀ ਟੀਮ ਨੇ ਅੱਜ ਇੱਕ ਜਾਣਕਾਰੀ ਦਿੱਤੀ ਹੈ ਔਰ ਅਹਿਮ ਜਾਣਕਾਰੀ ਕਿ ਅਗਰ ਤੁਸੀਂ ਸਟ੍ਰੋਕ ਤੋਂ ਬਚਣਾ ਚਾਹੁੰਦੇ ਹੋ ਅਧਰੰਗ ਤੋਂ ਬਚਣਾ ਚਾਹੁੰਦੇ ਹੋ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਜਦੋਂ ਬਿਮਾਰੀ ਹੁੰਦੀ ਹੈ ਤਾਂ ਤੁਸੀਂ ਚੱਲ ਨਹੀਂ ਸਕਦੇ ਤਾਂ ਇੱਕ ਤਰ੍ਹਾਂ ਦੀ ਇੱਕ ਇੱਕ ਡਰਾਈਵ ਚਲਾਈ ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਮਕਸਦ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਅੱਜ ਅਸੀਂ ਲੋਕਾਂ ਨੂੰ ਦੱਸ ਰਹੇ ਕਿ ਕਿਵੇਂ ਅਧਰੰਗ ਹੁੰਦਾ ਹੈ ਤੇ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਉਹਦੇ ਵਾਸਤੇ ਸਿੱਧਾ ਚੀਜ਼ ਹੈ ਕਿ ਆਪਣਾ ਤੁਹਾਡੇ ਤੋਂ ਉਨਾ ਹੀ ਦੂਰ ਭਜੇਗਾ ਤਾਂ ਇਸ ਕਰਕੇ ਅੱਜ ਵਰਲਡ ਸਟ੍ਰੋਕ ਦੇਤੇ ਇੱਕ ਅਹਿਮ ਵੀਡੀਓ ਤੁਹਾਡਾ ਨਾਲ ਸਾਂਝੀ ਕੀਤੀ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਰਾਹੀਂ ਜੋ ਡਾਕਟਰਸ ਨੇ ਆਪਣੇ ਵਿਚਾਰ ਰੱਖੇ ਨੇ ਜੋ ਤੁਹਾਨੂੰ ਸੁਨੇਹਾ ਦਿੱਤਾ ਹੈ ਉਹਦਾ ਤੁਸੀਂ ਪਾਲਣ ਕਰੋਗੇ ਤਾਂ ਤੁਸੀਂ ਇਹ ਦਰੰਗ ਵਰਗੀ ਬਿਮਾਰੀ ਤੋਂ ਬਚ ਸਕਦੇ ਹੋ ਕੈਮਰਾਮੈਨ ਨਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ